ਇਹ ਸਟੇਸ਼ਨ ਦੀ ਇਮਾਰਤ ਠੀਕ ਹੈ ਨਾ ਇਹ ਮੁਸਾਫਰਖਾਨੇ ਨੇ ਤੇ ਇਹ ਟਿਕਟ ਘਰ ਸਟੇਸ਼ਨ ਮਾਸਟਰ ਦਾ ਦਫਤਰ ਇਹ ਉਹ ਨੇ ਤੇ ਇਹ ਮੁਸਾਫਰਖਾਨਾ ਜਿੱਥੇ ਮੁਸਾਫਰ ਟਿਕਟਾਂ ਲੈ ਕੇ ਤੇ ਵੇਟ ਕਰਦੇ ਸਨ ਟ੍ਰੇਨ ਦਾ ਠੀਕ ਹੋ ਗਿਆ ਇਹ ਹੁਣ ਮੈਂ ਤੁਹਾਨੂੰ ਪਹਿਲਾਂ ਦਿਖਾਲ ਦਿਆਂ ਇਹ ਆ ਗੀਏ ਇੱਥੇ ਜਨਾਬ ਇਹ ਦੇਖੋ ਇਹ ਮਰੀਆਲ ਰੇਲਵੇ ਸਟੇਸ਼ਨ ਦਾ ਬੋਰਡ ਤੇ ਉੱਥੇ ਬੱਝੀਆਂ ਨੇ ਹੁਣ ਮੱਝਾ ਹਰ ਹਾਲ ਇਹ ਲੰਡਨ ਥੱਲੇ ਮੈਨੂੰ ਲਿਖਿਆ ਨਜ਼ਰ ਆ ਗਿਆ I S R ਅਸਲਾਮ ਵਾਲੇਕਮ ਦੋਸਤੋ ਆਪਣੀ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਤੇ ਮੈਂ ਇਸ ਵੇਲੇ ਮੌਜੂਦ ਹੈਗਾ ਮਰੀਆਲ ਰੇਲਵੇ ਸਟੇਸ਼ਨ ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਇੱਕ ਬੋਰਡ ਦੇਖ ਰਹੇ ਹੋ ਇਹ ਸਟੇਸ਼ਨ ਵਾਕਿਆ ਹੈ ਨਾਰੋਵਾਲ ਤੇ ਚੱਕ ਅਮਰੂ ਜਿਹੜੀ ਰੇਲਵੇ ਲਾਈਨ ਨਾਲ ਉਹਦੇ ਤੇ ਇਸ ਤੋਂ ਅੱਗੇ ਚੱਕ ਅਮਰੂ ਦਾ ਆਖਰੀ ਰੇਲਵੇ ਸਟੇਸ਼ਨ ਵਾਕਿਆ ਹੈ ਜਿਹੜਾ ਪਾਕਿਸਤਾਨ ਦਾ ਇਸ ਲਾਈਨ ਤੇ ਆਖਰੀ ਸਟੇਸ਼ਨ ਹੈ ਤੇ ਇਹ ਸਟੇਸ਼ਨ ਅਰਸਾ ਦਰਾਜ਼ ਤੋਂ ਬੰਦ ਪਿਆ ਹੈ ਜਿਸ ਦੀ ਵਜ੍ਹਾ ਦੇ ਨਾਲ ਇਸ ਵੇਲੇ ਇਹ ਬਰਾਏ ਨਾਮ ਸਟੇਸ਼ਨ ਰਹਿ ਗਿਆ ਇਹਦੀ ਜਿਹੜੀ ਹਾਲਤ ਹੈ ਬਹੁਤ ਹੀ ਅਫਸੋਸਨਾਕ ਹੈ ਇੱਥੇ ਵੀ ਅ ਬਜ਼ੁਰਗਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਔਰ ਜਦੋਂ ਸਟੇਸ਼ਨ ਬਣਿਆ ਪਾਕਿਸਤਾਨ ਦੀ ਵੰਡ ਤੋਂ ਪਹਿਲੇ ਤੇ ਉਦੋਂ ਫਿਰ ਅ ਇੱਥੇ ਟ੍ਰੇਨਾਂ ਬੜੀਆਂ ਚੱਲਦੀ ਹੁੰਦੀਆਂ ਸਨ ਕਾਲਾ ਇੰਜਨ ਚੱਲਦਾ ਹੁੰਦਾ ਸੀ ਲੇਕਿਨ ਅੱਜ ਮੈਂ ਤੁਹਾਨੂੰ ਬਹਾਲਣਾ ਕਿ ਇਹਦੇ ਦਰਦਨਾਕੀ ਜਿਹੜੀ ਇਹ ਉਹ ਕਿਵੇਂ ਚੀਖ-ਚੀਖ ਕੇ ਕਹਿ ਰਹੀਏ ਕਿ ਮੈਂ ਤੇ ਵੀ ਕਦੀ ਆਰੂਜ ਹੁੰਦਾ ਸੀ ਮੈਂ ਵੀ ਕਦੀ ਆਬਾਦ ਸਟੇਸ਼ਨਾਂ ਤੇ ਅੱਜ ਮੇਰੇ ਨਾਲ ਕੀ ਬੀਤੀ ਲੋ ਜੀ ਦੋਸਤੋ ਇਹ ਦੇਖੋ ਇਹ ਮਰੀਆਲ ਰੇਲਵੇ ਸਟੇਸ਼ਨ ਦਾ ਬੋਰਡ ਤੇ ਉੱਥੇ ਬੱਜੀਆਂ ਨੇ ਹੁਣ ਮੱਜਾਂ ਤੇ ਇਹ ਜੋ ਜਮਾਨੇ ਦਾ ਜਿਹੜੀ ਬੂਟੀ ਤੇ ਉੱਗੀ ਤੇ ਇਹ ਦੇਖੋ ਇਹ ਮਰੀਆਲ ਠੀਕ ਹੈ ਨਾ ਇਹ ਮਰੀਆਲ ਰੇਲਵੇ ਸਟੇਸ਼ਨ ਤੇ ਐਸ ਸਾਈਡ ਤੇ ਮੈਂ ਤੁਹਾਨੂੰ ਦੱਸਿਆ ਕਿ ਇਹ ਸਿੰਗਲ ਲਾਈਨ ਦਾ ਸਟੇਸ਼ਨ ਇੱਥੇ ਡਬਲ ਲਾਈਨ ਨਹੀਂ ਹੈਗੀ ਵਰਨਾ ਡਬਲ ਲਾਈਨ ਹੁੰਦੀ ਹੈ ਐਸ ਸਾਈਡ ਤੇ ਮੇ ਨਾਰੋਵਾਲ ਸ਼ਕਰਗੜ ਜੱਸੜ ਐਸ ਸਾਈਡ ਤੇ ਆਏਗਾ ਠੀਕ ਹੈ ਨਾ ਤੇ ਇਹ ਲਾਈਨ ਜਿਹੜੀ ਇਹ ਨਾ ਇਹ ਜਾ ਰਹੀਏ ਇੱਥੋਂ ਪਲੇਟਫਾਰਮ ਸਟਾਰਟ ਹੋ ਜਾਂਦਾ ਇਹ ਠੀਕ ਹੈ ਨਾ ਤੇ ਇੱਥੇ ਟ੍ਰੇਨ ਖੜੀ ਹੁੰਦੀ ਸੀ ਤੇ ਅੱਗੇ ਜਾ ਕੇ ਚੱਕੰਬਰੂ ਤੇ ਉਸ ਤੋਂ ਅੱਗੇ ਫਿਰ ਕੋਈ ਸਟੇਸ਼ਨ ਨਹੀਂ ਹੈਗਾ ਅੱਗੇ ਫਿਰ ਜੰਮੂ ਕਸ਼ਮੀਰ ਦਾ ਇਲਾਕਾ ਆ ਜਾਂਦਾ ਖੈਰ ਇਹ ਪਲੇਟਫਾਰਮ ਜਨਾਬ ਦੇਖੋ ਤੁਸੀਂ ਇਹ ਬੋਰਡ ਲੱਗਾ ਹੈ ਯਾਨੀ ਕਿ ਇੱਥੋਂ ਪਲੇਟਫਾਰਮ ਸਟਾਰਟ ਹੋ ਜਾਂਦਾ ਹੈ ਐ ਮਰੀਆਲ ਉੱਤੇ ਲਿਖਿਆ ਐ ਮ ਏ ਆਰ ਆਈ ਵਾਈ ਏ ਐਲ ਮਰੀਆਲ ਤੇ ਉਰਦੂ ਦੇ ਵਿੱਚ ਵੀ ਲਿਖਿਆ ਹੈ ਠੀਕ ਹੈ ਨਾ ਤੇ ਇਹ ਜਨਾਬ ਦੇਖੋ ਪਲੇਟਫਾਰਮ ਜਿਹੜਾ ਕਿ ਕਦੀ ਮੁਸਾਫਰਾ ਨਾਲ ਭਰਿਆ ਹੁੰਦਾ ਸੀ ਤੇ ਅੱਜ ਵੇਖੋ ਤੁਸੀਂ ਇੱਥੇ ਡਰ ਹੁੰਦਾ ਐ ਐਵੇਂ ਜਿਹੜਾ ਬੂਟੀ ਦੇ ਵਿੱਚ ਹੁੰਦੀ ਨੰਗ ਕਹੇ ਲਿਟਰਲੀ ਸਹੀ ਗੱਲ ਤੁਹਾਨੂੰ ਦੱਸ ਰਿਹਾ ਮੈਨੂੰ ਡਰ ਆ ਰਿਹਾ ਸੀ ਕਿ ਮੈਨੂੰ ਕੋਈ ਚੀਜ਼ ਹੀ ਨਾ ਲੱੜ ਜੇ ਐ ਲਾਈਨ ਦੇਖੋ ਟ੍ਰੇਨ ਇੱਥੇ ਆ ਕੇ ਖੜੀ ਹੁੰਦੀ ਸੀ ਐ ਅੱਗੇ ਬਿਲਕੁਲ ਇਹਦੇ ਤੇ ਮੈਂ ਤੁਹਾਨੂੰ ਦਿਖਾ ਲਣਾ ਇੰਨਾ ਕੋ ਜੜੀ ਬੂਟੀਆਂ ਘਾਹ ਹੋ ਚੁੱਕੀਆਂ ਨੇ ਕਿ ਲਾਈਨ ਹੀ ਨਜ਼ਰ ਨਹੀਂ ਆ ਰਹੀ ਐ ਲੋ ਇਥੋਂ ਲਾਈਨ ਹੀ ਗਾਇਬ ਹੋ ਗਈ ਐਸ ਆਈ ਨੂੰ ਅਗਰ ਮੈਂ ਹੁਣ ਰਾਈਟ ਸਾਈਡ ਤੇ ਆਪਣੇ ਕਰਾਂ ਐ ਸਟੇਸ਼ਨ ਦੀ ਇਮਾਰਤ ਠੀਕ ਹੈ ਨਾ ਇਹ ਮੁਸਾਫਰਖਾਨੇ ਨੇ ਤੇ ਇਹ ਟਿਕਟ ਘਰ ਸਟੇਸ਼ਨ ਮਾਸਟਰ ਦਾ ਦਫਤਰ ਇਹ ਉਹ ਨੇ ਤੇ ਇਹ ਮੁਸਾਫਰਖਾਨਾ ਜਿੱਥੇ ਮੁਸਾਫਰ ਟਿਕਟਾਂ ਲੈ ਕੇ ਤੇ ਵੇਟ ਕਰਦੇ ਸੰ ਟ੍ਰੇਨ ਦਾ ਠੀਕ ਹੋ ਗਿਆ ਇਹ ਹੁਣ ਮੈਂ ਤੁਹਾਨੂੰ ਪਹਿਲਾਂ ਦਿਖਾਲ ਦਿਆਂ ਇਹ ਰਹੀ ਏ ਇੱਥੇ ਜਨਾਬ ਲੈਂਪ ਇੱਥੇ ਸੀ ਲੈਂਪ ਲੱਗਾ ਇਹ ਇਹਦੇ ਉੱਤੇ ਆ ਦੇਖੋ ਨਾ ਤੇ ਇਹ ਵੇਖੋ ਇੱਥੇ ਕੁਝ ਲਿਖਿਆ ਹੈ ਇਹ ਲਿਖਿਆ ਜੀ ਪਤਾ ਨਹੀਂ ਹੁਣ ਕੀ ਲਿਖਿਆ ਹੈ ਜੀਓਓਐਨ ਭਰਲ ਇਹ ਲੰਡਨ ਥੱਲੇ ਮੈਨੂੰ ਲਿਖਿਆ ਨਜ਼ਰ ਆ ਰਿਹਾ ਆਈਐਸਆਰ ਲੰਡਨ ਇਹ ਲੰਡਨ ਦਾ ਬਣਿਆ ਦਾ ਜਨਾਬ ਇਹ ਹੈਗਾ ਇੱਥੇ ਸ਼ਹਕਾਰ ਅੱਜ ਵੀ ਮੌਜੂਦ ਇਹ ਕਿਸੇ ਪੁੱਟ ਕੇ ਨਹੀਂ ਖੜਿਆ ਨਹੀਂ ਤੇ ਇਥੇ ਚੀਜ਼ਾਂ ਤਕਰੀਬਨ ਸਾਰੀਆਂ ਪੁੱਟ ਕੇ ਜਾ ਚੁੱਕੀਆਂ ਨੇ ਬੈਂਚ ਮੈਂ ਦੋਸਤੋ ਜਿਦੋਂ ਬੈਂਚ ਕੋਈ ਵੇਨਾ ਨਾ ਤੇ ਉਹ ਵੀ ਪੁਰਾਣਾ ਤੇ ਮੈਨੂੰ ਫਿਰ ਉਹ ਚੀਜ਼ਾਂ ਯਾਦ ਆ ਜਾਂਦੀਆਂ ਨੇ ਕਿ ਜਦੋਂ ਬਜ਼ੁਰਗ ਖਵਾਤਿਨ ਬੱਚੇ ਵੱਡੇ ਇੰਨਾ ਬੈਂਚਾਂ ਤੇ ਬੈਂਦੇ ਹੋਣੇ ਨੇ ਇੱਥੇ ਅੱਗੇ ਸਮਾਨ ਰੱਖ ਕੇ ਤੇ ਵੇਂਦੇ ਹੋਣੇ ਨੇ ਕਿ ਜਨਾਬ ਇੱਥੋਂ ਟੱਲੀ ਵਜੀਏ ਕਿ ਨਹੀਂ ਤੇ ਇਧਰੋਂ ਦੀ ਜਨਾਬ ਟ੍ਰੇਨ ਆ ਗਈ ਇੱਥੇ ਤੇ ਜਾਂ ਇਧਰੋਂ ਦੀ ਟ੍ਰੇਨ ਆ ਗਈ ਇੱਥੇ ਤੇ ਦੌੜ ਕੇ ਵਿੱਚ ਵੜ ਗਏ ਤੇ ਆਜ ਪਿਆ ਦਾ ਬੈਂਚ ਠੀਕ ਹੋ ਗਿਆ ਨਾ ਹੁਣ ਅਗਲੀ ਚੀਜ਼ ਦਨ ਵੰਤ ਤੁਹਾਨੂੰ ਮਹਵਾਲਣਾ ਉਹ ਜਿਹੜਾ ਹੈਗਾ ਛੋਟੀ ਹੱਟ ਬਣੀ ਹੁੰਦੀ ਸੀ ਪਾਣੀ ਵਾਸਤੇ ਪਲੇਟਫਾਰਮ ਦੇ ਉੱਤੇ ਪਾਣੀ ਵਾਸਤੇ ਇਹ ਹੱਟ ਬਣੀ ਹੈ ਇਹ ਬਿਲਕੁਲ ਇਹਦੀ ਇੱਕ ਦੀਵਾਰ ਰਹਿ ਗਈ ਹੈ ਤਿੰਨ ਦਰਵਾਜ਼ਾ ਟੁੱਟੇ ਦੀਵਾਰਾਂ ਟੁੱਟ ਚੁੱਕੀਆਂ ਨੇ ਛੱਤ ਟੁੱਟ ਚੁੱਕੀ ਹੈ ਅੱਛਾ ਇੱਥੇ ਵੀ ਦੀਵਾਰ ਹੁੰਦੀ ਸੀ ਇੱਥੇ ਵੀ ਦੀਵਾਰ ਹੁੰਦੀ ਸੀ ਤੇ ਉਹਦੇ ਉੱਤੇ ਛੱਤ ਹੁੰਦੀ ਸੀ ਇਸ ਤਰ੍ਹਾਂ ਦੀ ਠੀਕ ਹੋ ਗਿਆ ਐ ਇੱਥੇ ਬਨੇ ਨੇ ਇੱਥੇ ਦਰਵਾਜ਼ਾ ਲੱਗਾ ਹੁੰਦਾ ਸੀ ਇੱਥੋਂ ਦਰਵਾਜ਼ੇ ਤੇ ਯਾਨੀ ਕਿ ਮੈਂ ਆ ਗਿਆ ਐ ਦੇਖੋ ਨਿਸ਼ਾਨ ਬਣਿਆ ਗੋਲ ਜਾ ਇੱਥੇ ਘੜਾ ਪਿਆ ਹੁੰਦਾ ਸੀ ਇੱਕ ਤੇ ਦੂਜਾ ਘੜਾ ਐਸ ਨਿਸ਼ਾਨ ਦੇ ਉੱਤੇ ਪਿਆ ਹੁੰਦਾ ਸੀ ਝੱਜਰ ਪਾਣੀ ਵਾਸਤੇ ਠੰਡੇ ਪਾਣੀ ਦੀ ਉਹਦੇ ਕੋਲ ਮਿੱਟੀ ਦੇ ਗਲਾਸ ਹੁੰਦੇ ਸਨ ਤੇ ਤੁਸੀਂ ਇਥੋਂ ਝੱਜਰ ਚ ਪਾਣੀ ਪੀ ਕੇ ਤੇ ਵਾਪਸ ਚਲੇ ਜਾਓ ਤੇ ਐ ਹਵਾ ਵਾਸਤੇ ਰੱਖੇ ਸੰ ਧਾਇਰੇ ਆ ਜਿਹੜੇ ਨੇ ਸੁਰਾਖ ਓਹ ਵੇਖੋ ਜੀ ਇਹ ਵੀ ਇੱਥੇ ਹੁਣ ਤਬਾਹ ਹੋ ਚੁੱਕੀ ਹੈ ਹੱਟ ਜਿਹੜੀ ਪਾਣੀ ਪੀਣ ਵਾਲੀ ਹੁੰਦੀ ਸੀ ਵੇਖੋ ਜੀ ਅੰਗਰੇਜ਼ ਬਣਾ ਆ ਗਿਆ ਤੇ ਅੱਜ ਉਝੜ ਗਿਆ